ਹਾਂਜੀ ਦੋਸਤੋ, ਸਾਰੇ ਵੀਰਾਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ। ਉਮੀਦ ਤੁਸੀਂ ਸਾਰੇ ਠੀਕ ਹੋਵੋਗੇ। ਮੈਂ ਤੁਹਾਡਾ ਛੋਟਾ ਭਰਾ ਮਨਪਾਲ ਸਿੰਘ ਬੱਬੂ, ਅਤੇ ਆਪਾਂ ਖੜ੍ਹੇ ਹਾਂ ਬਾਈ ਜੀ ਭਾਈ ਬਖਤੌਰ ਅਤੇ ਬਟਾਈ 'ਚ ਟਰੈਕਟਰ ਸੇਲ ਪਰਚੇਜ ਵਾਲਿਆਂ 'ਤੇ। ਬਾਈਆਂ ਦਾ ਘੈਂਟ ਕੰਮ ਹੈਗਾ, ਅਤੇ ਬਾਈ ਜੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ। ਜਿਹੜੇ ਅੱਜ ਕੱਲ੍ਹ ਪੰਜਾਬ 'ਚ ਟਰੈਂਡ 'ਚ ਚੱਲ ਰਹੇ ਨੇ ਟਰੈਕਟਰ 855, ਅਤੇ ਸਾਨੂੰ ਕਿਹੜਾ ਵੀ ਲੈਣਾ ਹੋਵੇ, ਚਾਹੇ ਜੀ 20 ਮਾਡਲ ਲੈਣਾ ਹੋਵੇ, 21 ਮਾਡਲ ਲੈਣਾ ਹੋਵੇ, 15 ਮਾਡਲ ਲੈਣਾ ਹੋਵੇ, ਚਾਹੇ 24 ਮਾਡਲ ਲੈਣਾ ਹੋਵੇ, ਬਾਈਆਂ ਕੋਲ ਅਵੇਲੇਬਲ ਹੁੰਦੇ ਨੇ। ਬਾਕੀ ਬਾਈ ਨਾਲ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ। ਹਰੇਕ ਪ੍ਰਕਾਰ ਦੇ ਟਰੈਕਟਰ ਮਿਲ ਜਾਂਦੇ ਆ, ਹਰੇਕ ਪ੍ਰਕਾਰ ਦੇ ਟਰੈਕਟਰ ਆਪਾਂ ਲੋਨ ਕਰਵਾ ਕੇ ਦੇ ਦਿੰਦੇ ਹਾਂ। ਬਾਕੀ ਹੋਰ ਕਿਸੇ ਵੀ ਪ੍ਰਕਾਰ ਦਾ ਲੋਨ ਕਰਵਾਉਣਾ, ਜਿਵੇਂ ਆਪਣੀ ਕਾਰ 'ਤੇ ਲੋਨ ਕਰਵਾਉਣਾ, ਕੰਬਾਈਨ 'ਤੇ ਲੋਨ ਕਰਵਾਉਣਾ, ਕੋਈ ਪਰਸਨਲ ਲੋਨ ਕਰਵਾਉਣਾ ਜਾਂ ਹੋਮ ਲੋਨ ਕਰਵਾਉਣਾ, ਹਰੇਕ ਪ੍ਰਕਾਰ ਦਾ ਲੋਨ, ਸਟੱਡੀ ਲੋਨ ਵਗੈਰਾ, ਹਰੇਕ ਪ੍ਰਕਾਰ ਦਾ ਲੋਨ ਵਗੈਰਾ ਕਰਵਾ ਕੇ ਦੇ ਦਾਂਗੇ। ਤੁਹਾਡਾ ਸਿਬਲ ਵਗੈਰਾ ਸਹੀ ਹੋਵੇ, ਉਸੇ ਬੰਦੇ ਦੀ ਲੋਨ ਹੋਊਗਾ। ਲੋਨ ਕਿਸੇ ਵੀ ਪ੍ਰਕਾਰ ਨੂੰ ਅਸੀਂ ਕਰਵਾ ਕੇ ਸਾਥੋਂ ਲੈ ਸਕਦੇ। ਠੀਕ ਹੈ ਬਾਈ, 100% ਗਰੰਟੀ ਹੈ। ਕਈ ਵਧ ਜਾਂਦੇ, ਦਿਖਾਉਣੇ ਘੱਟ ਆ। ਹਰੇਕ ਪ੍ਰਕਾਰ ਦੇ ਤਕਰੀਬਨ ਆਪਣੇ ਕੋਲ ਟਰੈਕਟਰ ਮਿਲ ਜਾਂਦੇ। ਇੱਥੋਂ 979 ਤੋਂ ਸਟਾਰਟ ਕਰ ਲੈਂਦੇ ਹਾਂ। 2023 ਮਾਡਲ ਆ ਇਹ, CRDI CRDI ਚ ਹੈਗਾ। ਟਰੈਕਟਰ ਦੀ ਕੰਡੀਸ਼ਨ ਚੈੱਕ ਕਰ ਲਓ ਬਾਈ ਜੀ, ਸ਼ੋਰੂਮ 'ਚ ਜਾਣ ਦੀ ਲੋੜ ਨਹੀਂ ਹੈਗੀ, ਅਤੇ ਟਾਇਰਾਂ 'ਤੇ ਮਾਰਕਾ ਵੀ ਹਜੇ ਤੱਕ ਨਾ। ਨਾਲ ਦੇ ਤਾਂ 400 ਕੁਛ ਘੰਟੇ ਚੱਲਿਆ ਹੋਇਆ ਹੈਗਾ। ਮੰਨ ਲਓ ਕੰਪਨੀਆਂ ਵਾਲਾ ਯਾਰ, ਆਪਾਂ 1,50,000 ਰੁਪਈਆ ਸਸਤਾ ਟਰੈਕਟਰ ਦੇਵਾਂਗੇ ਹੈ, ਜਿਵੇਂ ਕੰਪਨੀ ਕੰਡੀਸ਼ਨ ਹੀ। ਜਿਵੇਂ ਆ 23 ਮਾਲ ਖੜਾ, 24 ਮਾਲ ਖੜਾ ਕਰ, ਜਦੋਂ ਜਮਾ ਨਵੇਂ ਟਰੈਕਟਰ ਆਪਣੇ ਕੋਲ ਹੈਗੇ ਬਾਈ ਜੀ। ਬਾਈਆਂ ਕੋਲ ਏਦਾਂ ਦੇ ਟਰੈਕਟਰ ਹੁੰਦੇ ਨੇ ਜਿਹੜੇ ਮੈਨੂੰ ਲੱਗਦਾ ਅਜੇ ਤੱਕ ਚੱਲੇ ਵਧਾਈਆਂ ਦੇ ਵੀ। ਹਾਂ ਹਾਂ ਬਿਲਕੁਲ, ਨਵੇਂ ਟਰੈਕਟਰ 9,00,000 ਅਤੇ 15,000 ਰੁਪਏ ਦਾ ਰੇਟ ਆ ਟਰੈਕਟਰ ਦਾ। ਅਤੇ ਮਾਡਲ ਬਾਈ ਜੀ 2023 ਮਾਡਲ 8ਵੇਂ ਗੇ ਦਾ, 24 ਮਾਡਲ ਹੀ ਹੈਗਾ। ਕੰਡੀਸ਼ਨ ਦਾ ਪੂਰਾ ਸਾਫ ਆ, ਤੇ ਫਸਟ ਨੂੰ ਰਹਿਣ ਦੇ ਫਸਟ ਪਾਸ। ਠੀਕ ਹੈ ਜੀ, ਤੇ 50 ਨੰਬਰ 50। ਠੀਕ ਹੈ ਜੀ, ਤੇ ਲਵੇ ਜੀ ਅੱਗੇ ਹੈਗਾ ਸਵਰਾਜ 855 3 ਸਪੀਡ ਚ ਹੈ ਜੀ। 3 ਸਪੀਡ ਲੈਵੇ ਜੀ, 3 ਸਪੀਡ ਹੈਗਾ, ਤੇ ਬਾਕੀ ਚਾਰੇ ਪਾਸੇ ਝਾਤੇ ਮਰਵਾ ਦੇ ਸਿਕੰਦਰ। ਤੇ ਬਾਈ ਜੀ ਅਲੱਗ ਦੇ ਖਲਾਚ ਵਾਲਾ ਫੁੱਲ ਫੀਚਰ ਵਾਲਾ ਟੌਪ ਮਾਡਲ 5 ਸਟਾਰ ਚ, ਤੇ ਮਾਡਲ ਹੈ ਜੀ 2021 ਮਾਡਲ ਦਾ, 735,000 ਰੁਪਏ ਰੇਟ ਹੈਗਾ। ਠੀਕ ਹੈ ਜੀ, ਪੁਰਾਣੀ ਸ਼ੋਅ ਚ ਕਾਫੀ ਡਿਮਾਂਡ ਦਿੰਦੀ ਹੈ ਭਰਾਵਾਂ ਦੀ, ਇਹ ਸ਼ੋਅ ਚ ਲਈਏ ਆਪਾਂ ਟਰੈਕਟਰ। ਆਪਣੇ ਸ਼ੋਅ ਚ ਮਤਲਬ 21 ਮਾਡਲ ਵਾਂ ਜੋ 22 ਮਾਡਲ ਵਾਂ ਜੋ, ਆਪਣੇ ਕੋਲ 4-5 ਪੀਸ ਸੀਗੇ, ਬਾਕੀ ਸੇਲ ਹੋ ਚੁੱਕੇ ਆ। ਠੀਕ ਆ ਬਾਈ ਜੀ, ਦੇ ਲਓ ਬਈ, ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ। ਸ਼ੋਰੂਮ 'ਚ ਜਾਣ ਦੀ ਲੋੜ ਨਹੀਂ ਹੈਗੀ, ਤੁਸੀਂ ਬਾਈ ਜੀ ਬਟਾਈ 'ਚ ਟਰੈਕਟਰ 'ਤੇ ਆ ਕੇ ਜਿਹੜਾ ਮਰਜ਼ੀ ਟਰੈਕਟਰ ਕਹਾਉਣਾ, ਤਾਂ ਬਾਈਆਂ ਨੂੰ ਮੈਸੇਜ ਕਰਦੇ, ਤੁਹਾਨੂੰ ਉਹ ਟਰੈਕਟਰ ਅਵੇਲੇਬਲ ਕਰ ਦੇਣਗੇ। ਅਤੇ ਅੱਗੇ ਹੈਗਾ ਸਵਰਾਜ 855 3 ਸਪੀਡ ਵਾਲਾ, ਇਹ ਕਿੰਨੇ ਮਾਡਲ ਆ ਬਾਈ ਜੀ? ਇਹ 2022 ਮਾਡਲ ਆ। ਠੀਕ ਹੈ ਜੀ, ਇਹਦਾ ਰੇਟ ਹੈਗਾ 775,000 ਰੁਪਏ। 775,000 ਰੁਪਇਆ 3 ਸਪੀਡ ਵਾਲਾ, ਅਤੇ ਰੰਗ ਪੇਂਟ ਦੇ ਬਾਈ ਜੀ ਬੜਾ ਟਰੈਕਟਰ ਤੇ ਆ ਗਈ ਇਹ ਟਰੈਕਟਰ ਲੱਗਿਆ ਹੈਗਾ। ਹੋਰ ਕਿਸੇ ਵੀ ਵਪਾਰ ਕੋਲ ਮੇਰੇ ਹਿਸਾਬ ਨਾਲ ਨਹੀਂ ਹੋਣਾ,
ਇਹ ਸਭ ਤੋਂ ਪਹਿਲਾਂ ਆਪਣਾ ਟਰੈਕਟਰ 2024 ਮਾਡਲ ਆ। ਇਹ ਟਰੈਕਟਰ ਸਿਰਫ ਤੋਂ ਸਿਰਫ ਬੜੈਂਜ ਟਰੈਕਟਰ ਤੇ ਆ ਕੇ ਲੱਗਿਆ ਗਿਆ। ਤੁਹਾਨੂੰ ਪਤਾ ਹੀ ਹੈ ਭਰਾਵੋ, ਬੜੈਂਜ ਟਰੈਕਟਰ ਹਰੇਕ ਕੰਮ 'ਚ ਪਹਿਲਕਦਮੀ ਕਰਦੇ ਆ। ਕਿਹੜੇ ਨਵਾਂ ਟਰੈਕਟਰ ਮਾਰਕੀਟ 'ਚ ਆਉਂਦਾ, ਕਿਵੇਂ CRD ਸਭ ਤੋਂ ਪਹਿਲਾਂ ਮਾਰਕੀਟ 'ਚ ਆਇਆ, ਉਹ ਵੀ ਆਪਣੇ ਕੋਲ ਆ ਕੇ ਲੱਗ ਚੁੱਕਿਆ ਤੇ ਇਹ ਵੀ 2024 ਮਾਡਲ ਟਰੈਕਟਰ ਆ। ਮੈਨੂੰ ਤਾਂ ਲੱਗਿਆ ਪਤਾ ਨਹੀਂ ਤੁਹਾਡਾ ਆਪਦਾ ਘਰ ਦਾ ਟਰੈਕਟਰ ਉਹ ਵੀ ਲਿਆ ਕੇ ਲਾਵਾ। ਨਹੀਂ ਆਪਾਂ ਲਿਆ ਹੀ ਹੋਇਆ ਬਾਈ, ਤੁਸੀਂ ਦੇਖ ਸਕਦੇ ਬਾਈ ਜੀ, ਜੇ ਤੁਸੀਂ ਕੰਪਨੀ ਚੋਂ ਵੀ ਖਰੀਦਣ ਜਾਓਗੇ ਤਾਂ ਤੁਹਾਨੂੰ ਮੰਨ ਕੇ ਚੱਲੋ 1,00,000 ਰੁਪਏ ਦਾ ਸਿੱਧਾ ਫਾਇਦਾ ਹੋਊਗਾ। ਤੇ ਕਿੰਨੇ ਘੰਟੇ ਚੱਲੇ ਬਾਈ? 166 ਘੰਟੇ ਚੱਲਿਆ ਹੋਇਆ। ਮੈਂ ਵੀ 166 ਘੰਟੇ ਚੱਲਿਆ ਹੋਇਆ। ਤੇ ਜੇ ਤੁਸੀਂ ਹਾਰ ਪਾ ਕੇ ਲੈ ਜਾਓਗੇ ਨਾ, ਗਵਾਂਢੀ ਇਹ ਨਹੀਂ ਜੱਜ ਕਰਨਗੇ ਵੀ ਤੁਸੀਂ ਕੰਪਨੀ ਚ ਲੈ ਗਏ ਜਾਂ ਬੜਾ ਟਰੈਕਟਰ ਤੋਂ ਜਮਾ ਨਵਾਂ ਟਰੈਕਟਰ ਆ ਬਾਈ ਜੀ। ਤੇ ਗਰੰਟੀ ਜੋ ਬਈ ਹੈ ਬੋਲੋ, ਸਾਰੀ ਫੁੱਲ ਗਰੰਟੀ ਚ ਆਉਂਗੀ। ਠੀਕ ਆ ਜੀ, ਇਹ ਪਹਿਲੀ ਸਰਵਿਸ ਹੋਈ ਆ, ਆਪਾਂ ਇਹਨੂੰ ਮਰਵਾਈਆਂ ਮੈਂ ਗਰੰਟੀ ਵਾਰੰਟੀ ਲੈ ਕੇ ਦੇਵਾਂਗੇ ਸਭ। ਠੀਕ ਆ ਜੀ, ਜਿਹੜੇ ਬਾਕੀ ਟਾਇਰਾਂ ਦੇ ਮਾਰਕਾ ਵਗੈਰਾ ਅਜੇ ਤੱਕ ਕੰਪਨੀ ਦਾ ਨਾਲ ਦਾ ਪਿਆਗਾ ਤੇ ਇਹਦੀ ਡਿਮਾਂਡ ਬਈ ਜੀ, ਇਹਦੀ ਡਿਮਾਂਡ ਹੈਗੀ 8,00,000 ਰੁਪਏ ਆ। 8,00,000 ਰੁਪਏ ਤੇ 4 ਸਟਾਰ ਆ ਬਾਈ ਜੀ, ਬਿਨਾ ਦੇਗੀ ਚੁੱਲ੍ਹੇ ਦਾ ਤੇ ਪਾਵਰ ਸਟੀਅਰਿੰਗ ਤੇ ਟਾਇਰ ਬਾਈ ਜੀ ਦੇ 70,000 ਰੁਪਏ। ਠੀਕ ਹੈ, 70,000 ਰੁਪਏ ਦੇ ਟਾਇਰ ਨੇਗੇ ਤੇ 50,00,000 ਰੁਪਏ ਲਈ 50,000 ਰੁਪਏ। ਬਾਕੀ ਬਾਈ ਜੀ ਤੁਹਾਡੇ ਸਿਵਲ ਤੇ ਡਿਪੈਂਡ ਹੈਗਾ। ਤੇ ਟੋਪ ਮਾਡਲ ਟਰੈਕਟਰ ਆ, ਪਾਵਰ ਸਟੀਅਰਿੰਗ ਆ, ਡਬਲ ਕਲੱਚ ਚ ਆ, ਤੇ ਵੱਡੇ ਹੀ ਸਿਲ ਵੀ ਕਹਿ ਦਿੱਤਾ ਜਾਂਦਾ, ਭੂਮੀ ਪੁੱਤਰ ਚ ਆ ਗਿਆ। ਤੇ ਟਾਇਰ ਟੂਰ ਇਹਦੇ ਵੀ ਬਾਈ ਜੀ ਨਾਲ ਹੀ ਦੇਣੀ, ਨਾਲ ਦੇ 90,000 ਪੈਸੇ ਟਾਇਰ। ਠੀਕ ਹੈ, 90,000 ਪੈਸੇ ਟਾਇਰ ਆ ਗਏ। ਤੇ ਅੱਗੇ ਕਿ ਬਾਈ ਜੀ ਇਹ ਵੀ ਅੱਜ ਕੱਲ ਪੂਰਾ ਟ੍ਰੈਂਡ ਤੇ ਚੱਲ ਰਿਹਾ ਹੈਗਾ, ਸਪੈਸ਼ਲ ਐਡੀਸ਼ਨ ਵਾਲਾ ਯੂਜੀ ਗੇਅਰ ਵਾਲਾ ਡੀਐਕਟੀ ਮੋਡ 2000 ਤੇ ਇਹ 22 ਮਾਡਲ ਦਾ ਟ੍ਰੈਕਟਰ ਇਹ। ਠੀਕ ਹੈ, ਤੇ 30-35,000 ਜਿਹਦੇ ਉੱਤੇ ਸਮਾਨ ਐਕਸਟਰਾ ਲੱਗਿਆ ਹੋਇਆ ਹੈਗਾ, ਕਿਵੇਂ ਪਲੇਟਫਾਰਮ ਵਗੈਰਾ ਅਲੱਗ ਲੱਗਿਆ ਹੋਇਆ ਹੈ ਉੱਤੇ, ਤੇ ਡਿਸਟ੍ਰੀਬਿਊਟਰ ਵੀ ਅਲੱਗ ਲੱਗਿਆ ਹੋਇਆ ਹੈਗਾ। ਇਹਦੇ ਉੱਤੇ 30-35,000 ਰੁਪਏ ਦਾ ਐਕਸਟਰਾ ਸਮਾਨ ਲੱਗਿਆ ਹੋਇਆ, ਇਹਦਾ ਰੇਟ ਹੈਗਾ 8,00,000 ਤੇ 45,000 ਰੁਪਏ। ਠੀਕ ਹੈ ਜੀ, ਮਤਲਬ ਇਹ ਯੂਜੀ ਗੇਅਰ ਦਾ ਫੁੱਲ ਟੌਪ ਮਾਡਲ ਹੈਗਾ। ਤੇ ਟਾਇਰ ਤੁਸੀਂ ਦੇਖ ਸਕਦੇ ਫਰੰਟ ਤੇ ਨਿਗਾਹ ਮਰਵਾ ਦੇ ਸਿਕੰਦਰਾ, ਚਲੋ ਵੀ ਚੈੱਕ ਕਰ ਲਓ ਤੇ ਅਜੇ ਮਾਰਕਾ ਮੁਰਕਾ ਵੀ ਪਿਆ ਗਾ। ਤੇ ਬੈਕ ਸਾਈਡ ਵੀ ਪੈਣਗੇ 90,000 ਪੈਸੇ ਟਾਇਰ। ਤੇ ਡਿਮਾਂਡ ਹੈ ਜੀ 8,00,000 ਤੇ 45,000। ਠੀਕ ਹੈ, ਮਾਲ ਤਾਂ ਹੁਣ ਆ ਮੌਕੇ ਤੇ ਦੂਰ ਨੂੰ ਮਾਲ ਦਾ ਹੁੰਦਾ। ਤੇ ਲੋ ਵੀ ਬਾਕੀ ਚੈੱਕ ਕਰ ਲਓ ਕੰਡੀਸ਼ਨ ਚੈੱਕ ਕਰ ਸਕਦੇ ਜੇ ਕਿਸੇ ਨੇ ਬਾਈ ਦੀ ਟਰੈਕਟਰ ਕਟਵਾਉਣਾ ਹੋਵੇ। ਹਾਂ ਜੇ ਤੁਸੀਂ ਉਹਨਾਂ ਨੂੰ ਸਾਰੇ ਟਰੈਕਟਰ ਨਹੀਂ ਕੱਟ ਹੀ ਲੈਣੇ ਆ। ਠੀਕ ਹੈ, ਕੋਈ ਵੀ ਟਰੈਕਟਰ ਕਟਵਾਉਣਾ ਹੋਵੇ ਤਾਂ ਸਾਰੇ ਟਰੈਕਟਰ ਦੇ ਲੋਨ ਕਰਵਾ ਦਿੰਦੇ ਆ ਆਪਾਂ। ਮਿਲਦੇ ਕਿਸੇ ਨਵੀਂ ਤਦ ਤੱਕ ਲਈ ਬਾਈ ਜੀ, ਧੰਨਵਾਦ।